ਸ਼੍ਰੀਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਨਵਦੀਪ ਸਿੰਘ ਲੁਧਿਆਣਵੀ ਅੱਜ ਤੁਹਾਨੂੰ ਮੋਰਨੀ ਦਸਤਾਰ 6 ਪਿੱਚਾਂ ਸਿਖਾਉਣ ਜਾ ਰਿਹਾ, ਜਿਹਦੇ ਵਿੱਚ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦਸਤਾਰ ਦੇ ਵਿੱਚ ਹਰ ਇੱਕ ਪੁਆਇੰਟ ਦੱਸਾਂਗਾ ਦਸਤਾਰ ਦਾ, ਠੀਕ ਹੈ ਜੀ। ਜੇ ਵੀਡੀਓ ਪਸੰਦ ਆਏ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ, ਓਕੇ ਜੀ, ਠੀਕ ਹੈ ਜੀ। ਹੁਣ ਮੈਂ ਦਸਤਾਰ ਦੀ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਦੇ ਦੇਵਾਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੇਰੀ ਦਸਤਾਰ ਦੀ ਜਿਹੜੀ ਲੈਂਥ ਹੈਗੀ ਆ ਉਹ ਹੈਗੀ ਆ 8 ਮੀਟਰ ਦੀ ਲੈਂਥ ਹੈ, ਰੂਬੀ ਵਾਲ ਕੈਮੀਕਲ ਕਲੋਥ ਹੈ ਜੀ, ਅਤੇ ਡਾਰਕ ਬਲੂ ਜਿਹਾ ਕਲਰ ਆ ਥੋੜ੍ਹਾ ਜਿਹਾ, ਅਤੇ ਤੁਹਾਨੂੰ ਸਾਫ਼ ਸਾਫ਼ ਦਿਖੇਗਾ, ਵੈਸੇ ਕੋਈ ਜ਼ਿਆਦਾ ਡਾਰਕ ਬਲੂ ਕਲਰ ਨਹੀਂ ਹੈਗਾ, ਥੋੜ੍ਹਾ ਲਾਈਟ ਸ਼ੇਡ ਹੀ ਆ ਪਰ ਡਾਰਕ ਕਲਰ ਆ ਥੋੜ੍ਹਾ ਜਿਹਾ, ਠੀਕ ਹੈ ਜੀ। ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਦੇ ਹਾਂ ਜੀ, 6 ਪਿੱਚਾਂ ਦੀ ਮੋਰਨੀ ਦਸਤਾਰ, ਜਿਹਦੇ ਵਿੱਚ ਆਪਾਂ ਇਸ ਸਾਈਡ 'ਤੇ 4 ਪੇਜ ਕੱਢਾਂਗੇ, ਇਸ ਸਾਈਡ 'ਤੇ 5 ਪੇਜ ਕੱਢਾਂਗੇ। ਅੱਗੇ ਮੈਂ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਦੋਨੋਂ ਸਾਈਡ 'ਤੇ 5 ਪੇਜ ਕੱਢਾਂਗੇ, ਉਹ ਤੁਹਾਨੂੰ ਵੀ ਮੈਂ ਦੱਸਾਂਗਾ ਅਗਲੀ ਵੀਡੀਓ ਦੇ ਵਿੱਚ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਤਾਂ ਅਸੀਂ ਬੇਸ ਤਿਆਰ ਕਰ ਲਈਏ ਦਸਤਾਰ ਲਈ, ਅਤੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਦਸਤਾਰ ਸਜਾਉਂਦੇ ਹਾਂ, ਠੀਕ ਹੈ ਜੀ। ਪਟਕਾ ਤਾਂ ਵੈਸੇ ਮੈਂ ਸਜਾ ਹੀ ਹੋਇਆ, ਬਸ ਇੱਕ ਵਾਰੀ ਸਿਲਾਈ ਦੀ ਮਦਦ ਨਾਲ ਬਾਲ ਅੰਦਰ ਕਰ ਲਵਾਂ, ਇਸ ਤਰ੍ਹਾਂ ਬਾਲ ਅੰਦਰ ਕਰ ਲੈਣੇ ਜੀ ਪਿੱਛੋਂ ਵੀ ਇਸ ਜਗ੍ਹਾ ਤੋਂ ਵੀ, ਪਰ ਕੋਈ ਸੈਂਟਰ 'ਚ ਜੂੜਾ ਕੀਤਾ ਹੋਇਆ ਮੈਂ ਸਿੱਧਾ ਗੋਲ, ਅਤੇ ਉੱਤੋਂ ਵੀ ਪਟਕਾ ਰੱਖਿਆ ਹੋਇਆ। ਬਸ ਹੁਣ ਇਸ ਤਰ੍ਹਾਂ ਪਿੱਛੋਂ ਪੇਸ਼ ਨੂੰ ਘੁਮਾ ਕੇ ਲੈ ਕੇ ਆਉਣਾ ਜੀ, ਇਹ ਯਾਦ ਰੱਖਿਓ ਕਿ ਪੇਜ ਜ਼ਿਆਦਾ ਉੱਚਾ ਨਾ ਹੋਵੇ ਕਿਉਂਕਿ ਆਪਾਂ ਮੋਰਨੀ ਦਸਤਾਰ ਸਜਾਉਣੀ ਹੈ। ਹਾਂਜੀ, ਇੱਕ ਗੱਲ ਹੋਰ, ਇਹ ਵਾਲਾ ਪੇਜ ਮੈਂ ਕੰਨ ਦੇ ਉੱਤੇ ਇਸ ਲਈ ਲੈ ਕੇ ਜਾਣਾ ਤਾਂ ਜੋ ਇਹਦੇ ਨਾਲ ਕੰਨ ਬਾਹਰ ਨਾ ਆਵੇ, ਜਿਹੜੇ ਆਪਾਂ ਪੇਜ ਲਗਾਉਂਦੇ ਹੁੰਦੇ ਨਾ ਕਈ ਵਾਰ ਜੋ ਕੰਨ ਬਾਹਰ ਦਿਖਣ ਲੱਗ ਜਾਂਦਾ ਤੁਹਾਨੂੰ, ਇਸ ਲਈ ਆ ਪੇਜ ਕੰਨ ਦੇ ਉੱਤੇ ਲਗਾਉਂਦਾ, ਬਾਕੀ ਪਾਸ ਦੇ ਹਿੱਸੇ ਨੂੰ ਅਸੀਂ ਇਸ ਤਰ੍ਹਾਂ ਅੰਦਰ ਲਗਾ ਲੈਣਾ। ਹੁਣ ਆਪਾਂ 50 ਬਣਾਂਗੇ ਜੀ ਇਸ ਦੇ ਉੱਪਰ, ਦੋਨੋਂ ਬਾਕੀ ਹਿੱਸੇ ਇੱਕ ਕੱਟ ਮਾਰਨੀ ਪਿੱਛੇ, ਕਿ ਦੋਨੋਂ ਬਾਕੀ ਹਿੱਸੇ ਨੇ ਇੱਕ ਹਿੱਸੇ ਨੂੰ ਇਸ ਸਾਈਡ ਵੀ ਦੇਣਾ, ਦੂਜੇ ਹਿੱਸੇ ਨੂੰ ਇਸ ਸਾਈਡ, ਠੀਕ ਹੈ ਜੀ। ਹੁਣ ਦੇਖ ਲੈਣਾ 50 ਉੱਚੀ ਨੀਵੀਂ ਤਾਂ ਨਹੀਂ ਹੈਗੀ ਆਪਣੀ। ਹੁਣ ਆਪਾਂ ਦਸਤਾਰ ਸਜਾਉਣੀ ਸ਼ੁਰੂ ਕਰਦੇ ਹਾਂ ਜੀ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਪੂਣੀ ਮੈਂ ਕੀਤੀ ਹੋਈ ਆ, ਪੂਣੀ ਨੋਰਮਲੀ ਹੈ ਜਿਵੇਂ ਕਿ ਆਪਾਂ ਸਾਰੀਆਂ ਦਸਤਾਰਾਂ ਦੀ ਕਰਦੇ ਹੀ ਹਾਂ। ਮੈਂ ਪੂਣੀ ਦੀ ਵੀ ਵੀਡੀਓ ਪਾਈ ਹੋਈ ਕਈ ਵੀਡੀਓਜ਼ ਦੇ ਵਿੱਚ ਆਪਣੀ, ਸਟਾਰਟਿੰਗ ਦੇ ਵਿੱਚ ਹੀ ਪੂਣੀ ਦੀ ਵੀਡੀਓ ਹੁੰਦੀ ਹੈ ਵੀਡੀਓ ਤੋਂ। ਇਸ ਪੇਜ ਨੂੰ ਪਹਿਲਾਂ ਤਾਂ ਅਸੀਂ ਇਸ ਤਰ੍ਹਾਂ ਲਗਾ ਲੈਣਾ, ਦਮ ਦੇ ਵਿੱਚ ਵਸਾਉਣਾ ਜੀ, ਮੂੰਹ 'ਚ ਨਹੀਂ ਲਗਾਉਣਾ ਕਿਉਂਕਿ ਪੱਗ ਦਾ ਲਾਉਣ ਵਿੱਚ ਤਾਂ ਗਿੱਲਾ ਬਹੁਤ ਹੋ ਜਾਂਦਾ, ਪਰ ਤੁਹਾਨੂੰ ਸੈਂਟਰ 'ਚ ਲਿਆ ਕੇ ਇਸ ਤਰ੍ਹਾਂ ਰੱਖ ਲੈਣਾ, ਠੀਕ ਨਹੀਂ, ਦੋਨੋਂ ਪੱਲੇ ਖੋਲ ਦੇਣੇ ਇਸ ਤਰ੍ਹਾਂ। ਹੁਣ ਆਹ ਵਾਲਾ ਪੱਲਾ ਜਿਹੜਾ ਅਸੀਂ ਇਹਨੂੰ ਦੋ ਵਾਰੀ ਅੰਦਰ ਫੋਲਡ ਕਰਨਾ, ਦੋ ਵਾਰੀ ਅੰਦਰ ਫੋਲਡ ਕਰਨਾ ਤਾਂ ਜੋ ਮੋਟਾ ਹੋ ਜਾਵੇ ਅਤੇ ਅੱਖ ਤੋਂ ਫਿਸਲੇ ਨਾ। ਤਾਂ ਦੇਖੋ ਜੀ ਇੱਕ ਵਾਰੀ, ਕਿਆ ਦੂਜੀ ਵਾਰੀ, ਠੀਕ ਹੈ ਜੀ। ਇਹਦੀ ਚੰਗੀ ਤਰ੍ਹਾਂ ਟਾਈਮ ਮਾਰ ਲੈਣੀ ਹੈ, ਕਈ ਵਾਰ ਇਹ ਨਾ ਲੜ ਅੰਦਰ ਜੀ ਹਿੱਲ ਜਾਂਦਾ, ਇਸ ਲਈ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਚੰਗੀ ਤਰ੍ਹਾਂ। ਹੁਣ ਇਸ ਹਿੱਸੇ ਨੂੰ ਅੰਦਰ ਕਰ ਦੇਣਾ ਇਸ ਤਰ੍ਹਾਂ, ਹੁਣ ਇਹਨੂੰ ਸਿਰ ਦੇ ਸੈਂਟਰ 'ਚ ਲਿਆ ਕੇ, ਕਈ ਜਗ੍ਹਾ ਦੇ ਸੈਂਟਰ 'ਚ ਲਿਆ ਕੇ ਅੱਧੀ ਅੱਖ ਢੱਕਣੀ ਹੈ ਜੀ, ਅੱਧੀ ਅੱਖ, ਅੱਧੀ ਗੱਲ, ਅਤੇ ਅੱਧਾ ਉੱਪਰਲੇ ਹਿੱਸੇ ਤੋਂ ਕੰਨ, ਇਸ ਤਰ੍ਹਾਂ ਪੇਜ ਨੂੰ ਲਗਾ ਦੇਣਾ, ਓਕੇ ਜੀ, ਠੀਕ ਹੈ ਜੀ। ਹੁਣ ਪਿੱਛੇ ਇਸ ਜਗ੍ਹਾ 'ਤੇ ਇਸ ਤਰ੍ਹਾਂ ਬਪਲ ਲੈਣਾ। ਹੁਣ ਦੋਨੋਂ ਪੱਲੇ ਆਪਾਂ ਪਹਿਲਾਂ ਤਾਂ ਬਰਾਬਰ ਕਰਨੇ ਆ, ਇਹ ਵਾਲੇ ਇਹ ਦੋਨੋਂ ਪੱਲੇ ਬਰਾਬਰ ਕਰ ਲੈਣੇ ਆਪਾਂ, ਠੀਕ ਹੈ ਜੀ। ਫਿਰ ਪਿੱਛੇ ਇਸ ਤਰ੍ਹਾਂ ਚੰਗੀ ਭਰ ਕੇ ਇਸ ਤਰ੍ਹਾਂ ਰਸਲੀ ਨੂੰ ਇਸ ਤਰ੍ਹਾਂ ਲਗਾਉਣਾ, ਉੱਪਰੋਂ ਉੱਪਰੋਂ ਫੋਲਡ ਕਰਨਾ ਨਾਲ ਨਾਲ, ਉੱਪਰੋਂ ਵੀ ਮੋਟਾ ਕਰਨਾ ਇਸ ਹਿੱਸੇ ਤੋਂ ਥੋੜ੍ਹਾ ਥੋੜ੍ਹਾ। ਆਪਾਂ ਪੇਜ ਰੱਖ ਲਿਆ ਆਪਾਂ ਇੱਥੇ,
ਫਿਰ ਤੁਹਾਨੂੰ ਨਾਲ ਨਾਲ ਸੈੱਟ ਕਰਨਾ, ਜੇ ਤੁਹਾਨੂੰ ਲੱਗਦਾ ਪੌੜੀ ਖੁੱਲ ਗਈ ਤਾਂ ਉਹਨੂੰ ਸੈੱਟ ਕਰ ਦਿਓ ਨਾਲ ਨਾਲ, ਠੀਕ ਹੈ ਜੀ। ਹੁਣ ਅਸੀਂ ਪਹਿਲਾਂ ਪੇਚ ਲਗਾਉਣ ਜਾ ਰਹੇ ਇਸ ਤਰ੍ਹਾਂ, ਇਸ ਹਿੱਸੇ 'ਤੇ ਇਸ ਪੇਚ ਨੂੰ ਲਗਾ ਦੇਣਾ, ਠੀਕ ਹੈ ਜੀ। ਫਿਰ ਇੱਕ ਵਾਰੀ ਖਿੱਚਾਂਗੇ ਪੇਚ ਨੂੰ ਸਾਫ਼ ਕਰਨ ਲਈ, ਚੰਗੀ ਤਰ੍ਹਾਂ ਖੋਲ੍ਹਣਾ ਪੇਜ ਨੂੰ ਤਾਂ ਜੋ ਉੱਪਰੋਂ ਜਾਂ ਨੀਚੇ ਜ਼ਿਆਦਾ ਮੋਟਾ ਪਤਲਾ ਨਾ ਹੋਵੇ। ਫਿਰ ਇਹਨੂੰ ਦੁਬਾਰਾ ਫੋਲਡ ਕਰ ਲੈਣਾ ਅਸੀਂ ਇਸ ਤਰ੍ਹਾਂ। ਠੀਕ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਇਹਨੂੰ ਇਸ ਜਗ੍ਹਾ 'ਤੇ। ਅਤੇ ਇਸ ਗੱਲ ਦਾ ਧਿਆਨ ਰੱਖਿਓ ਕਿ ਇਹ ਪੇਜ 'ਚ ਪਹਿਲੇ ਪੇਜ 'ਚ ਜ਼ਿਆਦਾ ਸਪੇਸ ਨਾ ਹੋਵੇ, ਕਿਉਂਕਿ ਆਪਾਂ ਸਿਲਾਈ ਨਾਲ ਸਫਾਈ ਕਰਾਂਗੇ ਤਾਂ ਇਹ ਪੇਜ ਨੇ ਉੱਪਰ ਚੜ੍ਹ ਜਾਣਾ ਥੋੜ੍ਹਾ ਜਿਹਾ, ਠੀਕ ਹੈ ਜੀ। ਇਸ ਤਰ੍ਹਾਂ ਇਸ ਤਰ੍ਹਾਂ ਲਗਾ ਲੈਣਾ ਜੀ ਇਸ ਪੇਜ ਨੂੰ ਇਸ ਜਗ੍ਹਾ 'ਤੇ, ਠੀਕ ਹੈ ਜੀ। ਯਾਦ ਰੱਖਿਓ ਇਹ ਚੀਜ਼ ਹਮੇਸ਼ਾ ਸਿੱਧੀ ਹੋਵੇ ਇਸ ਜਗ੍ਹਾ 'ਤੇ, ਅਤੇ ਇਹ ਪਿੱਛੇ ਬਾਕੀ ਇਹਦਾ ਫੋਲਡ ਕਰ ਲੈਣਾ ਇਸ ਪੇਜ ਨੂੰ। ਹੁਣ ਫਿਰ ਇਸੇ ਤਰ੍ਹਾਂ ਦੋਨੋਂ ਪੇਜ 'ਚ ਆਪਾਂ ਦੋਨੋਂ ਬਰਾਬਰ ਕਰ ਲੈਣੇ, ਪਹਿਲਾਂ ਇਸ ਜਗ੍ਹਾ ਤੋਂ ਆ ਪਹਿਲਾਂ ਹੋ ਗਿਆ ਅਤੇ ਦੂਜਾ ਹੋ ਗਿਆ, ਠੀਕ ਹੈ। ਹੁਣ ਅਸੀਂ ਪਿੱਛੇ ਚੁੰਡੀ ਭਰਨੀ ਆ ਅਤੇ ਇਸ ਪੇਜ ਨੂੰ ਇਹਦੇ ਨਾਲ ਹੀ ਲਗਾ ਦੇਣਾ ਇਸ ਤਰ੍ਹਾਂ। ਉੱਪਰੋਂ ਫੋਲਡ ਕਰਾਂਗੇ ਇਸ ਪੇਜ ਨੂੰ ਇਸ ਤਰ੍ਹਾਂ ਪਿੱਛੇ ਜੀ, ਫਿਰ ਇਸ ਪੇਜ ਨੂੰ ਇਸ ਜਗ੍ਹਾ 'ਤੇ ਲਗਾ ਦੇਣਾ ਇਸ ਤਰ੍ਹਾਂ। ਇੱਕ ਗੱਲ ਦਾ ਧਿਆਨ ਰੱਖਿਓ ਕਿ ਸਾਰੇ ਪੇਜ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਦਿਖਣ ਸਾਨੂੰ, ਕੋਈ ਵੀ ਪੇਜ ਉੱਪਰ ਨੀਚੇ ਨਾ ਹੋਵੇ। ਹੁਣ ਇਸ ਪੇਜ ਨੂੰ ਵੀ ਸਾਫ਼ ਕਰਾਂਗੇ ਅਸੀਂ ਇਸ ਤਰ੍ਹਾਂ ਖਿੱਚ ਕੇ, ਪਹਿਲਾਂ ਤਾਂ ਹੁਣ ਇਸ ਪੇਜ ਨੂੰ ਖੋਲ੍ਹਾਂਗੇ ਥੋੜ੍ਹਾ ਜਿਹਾ, ਫਿਰ ਉਹਨੂੰ ਦੁਬਾਰਾ ਫੋਲਡ ਕਰ ਦਾਂਗੇ ਇਹਨਾਂ ਨੂੰ ਇਸ ਤਰ੍ਹਾਂ। ਇਸ ਪੇਜ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਖੋਲ੍ਹਣਾ, ਇਹ ਪੇਜਾਂ ਨੂੰ ਦੋਨਾਂ ਬਰਾਬਰ ਰੱਖਣਾ ਇਸ ਜਗ੍ਹਾ ਤੋਂ ਇਸ ਤਰ੍ਹਾਂ। ਫਿਰ ਘੁੰਮ ਜਾਣਾ ਆਪਾਂ ਸਾਰੇ ਪੱਲੇ ਇਕੱਠੇ ਬਰਾਬਰ ਕਰਕੇ ਲਾਉਣੇ ਆ, ਸਾਰੇ ਦੋਨੋਂ ਪੱਲੇ ਬਰਾਬਰ ਕਰਕੇ ਪਿੱਛੇ ਚੁੰਡੀ ਭਰ ਕੇ ਇਸ ਤਰ੍ਹਾਂ ਫਿਰ ਇਸ ਪੇਜ ਨੂੰ ਲਗਾ ਲੈਣਾ ਇਸ ਜਗ੍ਹਾ 'ਤੇ। ਹੁਣ ਜਿਹੜਾ ਆਹ ਪੇਜ ਲਗਾ ਲੈਣਾ ਇਹਦੇ ਨਾਲ ਆਪਾਂ ਕੰਨ ਨੂੰ ਦੱਬ ਦੇਣਾ ਥੋੜ੍ਹਾ ਜਿਹਾ, ਇੱਧਰ ਵਾਲੇ ਕੰਨ ਵੀ ਸਾਡਾ ਕਈ ਵਾਰ ਬਾਹਰ ਆ ਜਾਂਦਾ ਹੁੰਦਾ ਜਦੋਂ ਆਪਾਂ ਆਖਰੀ ਪੇਜ ਲਾਉਂਦੇ ਹੁੰਦੇ ਉਦੋਂ ਪਤਾ ਲੱਗਦਾ ਹੁੰਦਾ ਸਾਨੂੰ, ਅਤੇ ਇਸ ਲਈ ਇਹਨੂੰ ਆਪਾਂ ਨੂੰ ਪਹਿਲੇ ਦੱਬ ਦੇਣਾ ਥੋੜ੍ਹਾ ਜਿਹਾ, ਅਤੇ ਇਸ ਪੇਜ ਨੂੰ ਵੀ ਉੱਪਰੋਂ ਮੋਟਾ ਕਰ ਲੈਣਾ ਇਸ ਜਗ੍ਹਾ ਤੋਂ ਇਸ ਤਰ੍ਹਾਂ ਦੱਬ ਕੇ। ਉਸੇ ਤਰ੍ਹਾਂ ਫੋਲਡ ਕਰ ਦੇਣਾ, ਇੱਕੋ ਜਗ੍ਹਾ 'ਤੇ ਹੀ ਫੋਲਡ ਕਰਨਾ ਸਾਰੇ ਪੇਜਾਂ ਨੂੰ ਤਾਂ ਜੋ ਪੱਗ ਇੱਧਰ ਨੂੰ ਆਵੇ ਉੱਪਰ ਨੂੰ ਨਾ ਜਾਵੇ ਜ਼ਿਆਦਾ। ਨਹੀਂ ਹੁਣ ਦੁਬਾਰਾ ਇਸ ਪੇਜ ਨੂੰ ਫਿਰ ਫੋਲਡ ਕਰ ਦੇਣਾ ਆਪਾਂ, ਜੇ ਲੱਗੇ ਕਿ ਪੇਚਾਂ ਦੀ ਜਿਹੜੀ ਸਪੇਸ ਆ ਵੱਧ ਗਈ ਆ ਥੋੜ੍ਹੀ ਉੱਪਰ ਥੱਲੇ ਕਰ ਸਕਦੇ ਤੁਸੀਂ ਨਾਲ ਨਾਲ।
ਇਸ ਤਰ੍ਹਾਂ ਪਿਕਚਰ ਵਿੱਚ ਜਿਹੜੀ ਸਪੇਸ ਆ ਉਹ ਵੀ ਬਰਾਬਰ ਰੱਖਣੀ ਆ ਤੁਸੀਂ, ਅਤੇ ਮੋਟਾਈ ਵੀ ਬਰਾਬਰ ਰੱਖਣੀ ਆ। ਸਿਲਾਈ ਦੀ ਮਦਦ ਨਾਲ ਬਾਅਦ 'ਚ ਅਸੀਂ ਪਿਕਚਰ ਨੂੰ ਹੋਰ ਮੋਟਾ ਕਰ ਲਵਾਂਗੇ। ਪਿੱਛੇ ਇਸੇ ਤਰ੍ਹਾਂ ਖੁੱਲ੍ਹੀ ਕਰ ਦਵਾਂਗੇ। ਓਕੇ ਜੀ, ਹੁਣ ਇਹਨਾਂ ਦੋਨਾਂ ਪੱਲਿਆਂ ਨੂੰ ਫਿਰ ਬਰਾਬਰ ਕਰ ਲੈਣਾ ਆਪਾਂ, ਪਿੱਛੇ ਠੂੰਡੀ ਕਰਨੀ ਆ, ਅਤੇ ਸਪੇਸ ਜਗ੍ਹਾ 'ਤੇ ਸਪੇਸ ਨੂੰ ਲਗਾ ਲੈਣਾ ਇਸ ਤਰ੍ਹਾਂ। ਅਤੇ ਸਪੇਸ ਨੂੰ ਉੱਪਰੋਂ ਜੀ ਮੋਟੇ ਕਰਦੇ ਆਉਣਾ ਪਿੱਛੇ ਜੀ। ਅਤੇ ਵਿੱਚ ਆਪਣਾ ਉੱਪਰ ਚਲਾ ਕੇ ਉਹਨੂੰ ਨੀਚੇ ਖਿੱਚਾਂਗੇ। ਕੰਮ ਸਿੱਧਾ ਹੋ ਗਿਆ ਆਪਣਾ, ਫਿਰ ਕਹਿੰਦਾ ਹੁਣ ਇਸ ਪੇਜ ਨੂੰ ਵੀ ਉੱਪਰੋਂ ਮੋਟਾ ਕਰ ਲੈਣਾ ਸੀ ਇਸ ਤਰ੍ਹਾਂ। ਅਤੇ ਇਸ ਪੇਜ ਨੂੰ ਲਗਾ ਲੈਣਾ ਇਸੇ ਤਰ੍ਹਾਂ ਇਸ ਜਗ੍ਹਾ 'ਤੇ। ਇਹ ਵੀ ਧਿਆਨ ਰੱਖਿਓ ਕਿ ਪੱਗ ਦਾ ਜਿਹੜਾ ਬੈਲੈਂਸ ਆ ਉਹ ਵੀ ਬਰਾਬਰ ਹੋਵੇ, ਉੱਪਰਲੇ ਹਿੱਸੇ ਤੋਂ ਵੀ ਇਸ ਜਗ੍ਹਾ ਤੋਂ ਵੀ ਪੱਗ ਬਰਾਬਰ ਰਹਿਣੀ ਚਾਹੀਦੀ ਇਸ ਜਗ੍ਹਾ ਤੋਂ। ਇਹਨੂੰ ਫਿਰ ਦੁਬਾਰਾ ਫੋਲਡ ਕਰਾਂਗੇ। ਇਸ ਤਰ੍ਹਾਂ ਸਪੇਸ ਨੂੰ ਲਗਾ ਦੇਣਾ। ਇਹ ਜਗ੍ਹਾ ਇਸ ਜਗ੍ਹਾ 'ਤੇ ਚੁੰਡੀ ਭਰ ਦੇਣੀ। ਹੁਣ ਜਿਹੜਾ ਇਹ ਪੇਜ ਲਗਾਉਣਾ ਇਹਦੇ ਵਿੱਚ ਅਸੀਂ ਇਕੱਲਾ ਸਿੰਗਲ ਪੱਲਾ ਨੀਚੇ ਖਿੱਚਣਾ, ਦੂਜਾ ਪੱਲਾ ਨੀਚੇ ਨਹੀਂ ਖਿੱਚਣਾ। ਦੇਖੋ ਇਸ ਤਰ੍ਹਾਂ ਅਸੀਂ ਪਹਿਲਾਂ ਸਿੰਗਲ ਪੱਲਾ ਨੀਚੇ ਖਿੱਚਣਾ, ਦੂਜਾ ਪੱਲਾ ਨੀਚੇ ਨਹੀਂ ਖਿੱਚਣਾ, ਉਹਨੂੰ ਆਪਾਂ ਇਸ ਜਗ੍ਹਾ 'ਤੇ ਐਡਜਸਟ ਕਰ ਦੇਣਾ। ਇਹਦਾ ਕਾਰਨ ਇਹ ਹੈ ਕਿ ਇਸ ਜਗ੍ਹਾ ਤੋਂ ਨਹੀਂ ਤਾਂ ਕਈ ਵਾਰ ਜ਼ਿਆਦਾ ਮੋਟਾ ਹੋ ਜਾਂਦਾ, ਇਹ ਜਗ੍ਹਾ ਖਾਲੀ ਰਹਿੰਦੀ ਆਪਣੀ। ਲਗਾ ਦੇਣਾ ਇਸ ਜਗ੍ਹਾ 'ਤੇ। ਇਸ ਪੇਸ ਨੂੰ ਵੀ ਉੱਪਰਲੇ ਹਿੱਸੇ ਤੋਂ ਇਸ ਤਰ੍ਹਾਂ ਮੋਟਾ ਕਰ ਦੇਣਾ ਸੀ। ਇਸ ਜਗ੍ਹਾ 'ਤੇ ਇਸ ਤਰ੍ਹਾਂ ਫੋਲਡ ਕਰ ਦੇਣਾ।
ਤੇ ਸਾਫ ਵੀ ਉਸੇ ਤਰ੍ਹਾਂ ਕਰਨਾ ਸਪੀਚ ਨੂੰ। ਇੱਕ ਵਾਰੀ ਦੁਬਾਰਾ ਆਉਂਦੇ ਨੂੰ ਫੋਲਡ ਕਰ ਦੇਣਾ। ਸਾਰੇ ਪੇਜ ਜਿਹੜੇ ਆ ਨੀਚੇ ਹੋਣ ਅਤੇ ਉੱਪਰ ਨੂੰ, ਦੋਨਾਂ ਵਿੱਚ ਤਾਂ ਬਰਾਬਰ ਹੋਣੇ ਚਾਹੀਦੇ, ਇਸ ਜਗ੍ਹਾ ਤੋਂ ਵੀ ਇਸ ਜਗ੍ਹਾ ਤੋਂ ਵੀ। ਪੇਜ ਨੂੰ ਪਿੱਛੇ ਤੱਕ ਸਾਫ਼ ਕਰਨਾ, ਬਾਕੀ ਜਿਹੜੀ ਮੋਟਾਈ ਆ ਉਹ ਆਪਾਂ ਸਿਲਾਈ ਦੀ ਮਦਦ ਨਾਲ ਬਰਾਬਰ ਕਰ ਲਾਂਗੇ। ਸਫਾਈ ਕਰਨ ਲਈ ਆਪਾਂ ਪੇਜ ਨੂੰ ਪਿੱਛੇ ਲਗਾ ਲਿਆ ਜੀ। ਹੁਣ ਦੇਖਾਂਗੇ ਥੋੜ੍ਹਾ ਵਿਸਤਾਰ ਦੇ ਪਿਕਚਰ ਦੀ ਜਿਹੜੀ ਸਫਾਈ ਆ ਉਹਨੂੰ ਕਰਾਂਗੇ, ਅਤੇ ਨਾਲੇ ਜਿਹੜੀ ਵਿਚਲੀ ਸਪੇਸ ਆ ਉਹ ਕਰਾਂਗੇ ਸੈੱਟ। ਪਹਿਲਾਂ ਤਾਂ ਅਸੀਂ ਉੱਪਰਲੇ ਹਿੱਸੇ ਤੋਂ ਪਹਿਲਾਂ ਸਾਰੇ ਪਿਕਚਰ ਨੂੰ ਸੈੱਟ ਕਰ ਲਾਂਗੇ, ਇਸ ਤਰ੍ਹਾਂ ਇੱਕ ਇੱਕ ਕਰਕੇ ਹੱਥ ਫੇਰਾਂਗੇ ਸਾਰੇ ਪਿਕਚਰ ਦੇ, ਇੱਕ ਇੱਕ ਕਰਕੇ ਸਾਰੇ ਪਿਕਚਰ ਦੇ ਹੱਥ ਫੇਰਨਾ ਆਪਾਂ। ਹਾਂ, ਚੌਥਾ ਪੇਜ ਹੈ ਜੀ ਆਪਣਾ ਆਪਣੇ ਆਪ ਵਿੱਚ। ਹੁਣ ਇਸ ਸਾਈਡ ਤੋਂ ਵੀ ਆਪਾਂ ਕਿਹਾ ਸੀ ਨਾ ਆਪਾਂ ਚਾਰ ਪੇਜ ਦਿਖਾਉਣੇ ਇਸ ਸਾਈਡ 'ਤੇ, ਇਸ ਸਾਈਡ 'ਤੇ ਵੀ ਇੱਕ ਇੱਕ ਕਰਕੇ ਚਾਰੋਂ ਪੇਜ ਬਾਹਰ ਦਿਖਾ ਦੇ ਰਹੇ ਹਾਂ ਸਾਫ਼ ਕਰਕੇ। ਆ ਹੋ ਗਿਆ ਦੂਜਾ ਪੇਜ, ਨਹੀਂ ਆ ਹੋ ਗਿਆ ਤੀਜਾ ਪੇਜ, ਆ ਹੋ ਗਿਆ ਚੌਥਾ ਪੇਜ। ਹੁਣ ਜਿਹੜੇ ਆਪਾਂ ਪੇਜ ਵੀ ਸਾਫ਼ ਕਰ ਲਈਏ ਨਾ, ਇੱਕੇ ਕਰਕੇ ਸਾਰੇ ਪੇਜ ਸਾਫ਼ ਕਰਾਂਗੇ ਆਪਾਂ। ਮੋਟੇ ਵੀ ਹੋ ਜਾਣਗੇ ਪੇਜ ਆਪਣੇ, ਨਾਲ ਇਹਨਾਂ ਦੇ ਵਿਚਲੀ ਸਪੇਸ ਵੀ ਬਰਾਬਰ ਹੋ ਜਾਊਗੀ। ਪਿਛਲੇ ਹਿੱਸੇ ਤੱਕ ਸਾਫ਼ ਕਰਾਂਗੇ ਪੇਜਾਂ ਨੂੰ, ਇਸ ਹਿੱਸੇ ਤੱਕ ਪਿੱਛੇ ਤੱਕ ਇੱਕ ਕਰਕੇ।
ਹੁਣ ਉੱਪਰ ਵੀ ਚਲੋ 20-25 ਦੀ ਸਫਾਈ ਕਰਾਂਗੇ ਆਪਾਂ। ਇਸ ਸਾਈਡ 'ਤੇ 5 ਪੇਜ ਕੱਢਿਆ ਉਹਨਾਂ ਦੀ ਸਿਲਾਈ ਦੀ ਮਦਦ ਨਾਲ ਸਾਰੇ ਪੇਜ ਸਾਫ਼ ਕਰਨੇ ਆ ਜੀ ਆਪਾਂ ਪਹਿਲਾਂ ਤਾਂ, ਫਿਰ ਆਪਾਂ ਲਾਸਟ ਲਾਈਨ ਲਗਾਵਾਂ ਦੱਸਾਂਗੇ ਜੀ ਤੁਹਾਨੂੰ। ਇਸ ਸਾਈਡ 'ਤੇ ਜਿਹੜੇ 4 ਪੇਜ ਉਹ ਵੀ ਸਾਫ਼ ਕਰ ਲੈਂਦੇ ਆਪਾਂ ਚੰਗੀ ਤਰ੍ਹਾਂ। ਥੋੜ੍ਹਾ ਗਿੱਲਾ ਕਰਾਂਗੇ ਇਸ ਪੇਜ ਨੂੰ ਚੰਗੀ ਤਰ੍ਹਾਂ, ਅੱਗੋਂ ਪਿੱਛੋਂ ਦੋਨੋਂ ਸਾਈਡ ਤੋਂ ਗਿੱਲਾ ਕਰ ਲਾਂਗੇ। ਠੀਕ ਹੈ ਜੀ, ਇਸ ਤਰ੍ਹਾਂ ਗਿੱਲਾ ਕਰ ਲਿਆ। ਫਿਰ ਅਸੀਂ ਇਸ ਪੇਜ ਨੂੰ ਖੋਲ੍ਹ ਲੈਣਾ ਇਸ ਤਰ੍ਹਾਂ। ਫਿਰ ਜਿੱਦਾਂ ਅਸੀਂ ਪੂਣੀ ਕਰਦੇ ਹੁੰਦੇ ਦਸਤਾਰ ਦੀ, ਆਪਾਂ ਇਸ ਪੇਜ ਨੂੰ ਇੱਦਾਂ ਕਰਨਾ ਹੈ, ਇੱਕ ਵਾਰੀ ਨੀਚੇ ਸਿੱਟਣਾ ਹੈ, ਇੱਕ ਪੇਜ ਨੂੰ ਉੱਪਰ ਲਗਾਉਣਾ ਹੈ। ਪਰ ਇੱਕ ਗੱਲ ਦਾ ਧਿਆਨ ਰੱਖਿਓ ਕਿ ਇਸ ਜਗ੍ਹਾ 'ਤੇ ਪੇਜ ਨਾ ਆਵੇ, ਠੀਕ ਹੈ। ਇਸ ਜਗ੍ਹਾ ਨੂੰ ਫਿਲ ਕਰਨਾ ਅਤੇ ਇਸ ਜਗ੍ਹਾ 'ਤੇ ਕੋਈ ਪੇਜ ਨਾ ਆਵੇ, ਠੀਕ ਹੈ। ਇੰਨਾ ਕੰਨ ਬਾਹਰ ਲਿਖੇ ਜਾਣੇ ਤੁਹਾਡਾ। ਜਿਹੜੇ ਹੁਣ ਵੱਟ ਪੈਂਦੇ ਵੀ ਨਾ, ਇਹਨਾਂ ਨੂੰ ਦੂਰ ਕਰ ਲਾਂਗੇ ਸਿਲਾਈ ਦੀ ਮਦਦ ਨਾਲ, ਇਸ ਤਰ੍ਹਾਂ ਨਾਲ ਨਾਲ ਸਾਫ਼ ਕਰੀ ਜਾਵਾਂਗੇ। ਹੁਣ ਪਿੰਨ ਦੀ ਮਦਦ ਨਾਲ ਇਸ ਜਗ੍ਹਾ 'ਤੇ ਆਪਾਂ ਕਲਗੀਰ ਲਗਾਵਾਂਗੇ, ਐਨ ਸੈਂਟਰ ਦੇ ਵਿੱਚ, ਐਨ ਨੱਕ ਦੇ ਸੈਂਟਰ ਦੇ ਹਿਸਾਬ ਨਾਲ। ਪਹਿਲਾਂ ਤਾਂ ਇਸ ਤਰ੍ਹਾਂ ਮਰੋੜ ਕੇ ਰੱਖ ਲੈਣੀ ਕਲਗੀ, ਫਿਰ ਪਿੰਨ ਲਗਾਵਾਂਗੇ ਅਸੀਂ ਇਸ ਜਗ੍ਹਾ 'ਤੇ ਇਸ ਤਰ੍ਹਾਂ। ਫਿਰ ਕਲਗੀ ਨੂੰ ਘੁਮਾ ਲੈਣਾ ਆਪਾਂ। ਚੰਗੀ ਤਰ੍ਹਾਂ ਖੋਲ੍ਹ ਕੇ ਲਗਾਉਣਾ ਜੀ ਕਲਗੀ ਨੂੰ, ਇੰਨਾ ਕੁ ਖੋਲ੍ਹਣਾ ਬਸ, ਇੰਨਾ ਕੁ ਬਸ, ਨੋਰਮਲ ਬਹੁਤ ਆ। ਓਕੇ ਜੀ, ਬਾਕੀ ਬਸ ਦੇ ਹਿੱਸੇ ਨੂੰ ਅਸੀਂ ਇਸ ਤਰ੍ਹਾਂ ਅੰਦਰ ਲਗਾ ਲੈਣਾ। ਦੇਖੋ ਕਦੀ ਵੀ ਪੇਜ ਨੂੰ ਨਾ ਡਾਇਰੈਕਟ ਟੇਢਾ ਨਾ ਲਗਾਇਆ ਕਰੋ, ਇਹਨੂੰ ਸਿੱਧਾ ਲਗਾ ਕੇ ਫਿਰ ਅੰਦਰ ਲੈ ਕੇ ਜਾਇਆ ਕਰੋ, ਕਿਉਂਕਿ ਨਾ ਇਹ ਜੇ ਆਪਾਂ ਟੇਢਾ ਲਗਾਉਂਦੇ ਹਾਂ ਤਾਂ ਸਾਡਾ ਲਾ ਟੇਢਾ ਹੀ ਲੱਗਦਾ ਉੱਪਰ ਵੀ, ਪਿੰਨਾਂ ਲਾਉਣ 'ਚ ਵੀ ਪ੍ਰੋਬਲਮ ਆਉਂਦੀ ਫਿਰ ਉਹਦੇ ਵਿੱਚ, ਉੱਪਰੋਂ ਵੀ ਸੋਹਣਾ ਨਹੀਂ ਲੱਗਦਾ ਫਿਰ। ਉਹ ਪਹਿਲਾਂ ਜਿਹੜਾ ਹਿੱਸਾ ਹੁੰਦਾ ਨਾ ਪੇਜ ਦਾ, ਉਹਨੂੰ ਇੱਥੇ ਲਗਾਇਆ ਕਰੋ ਅੰਦਰ, ਫਿਰ ਆਪਾਂ ਪਿੰਨਾਂ ਲਗਾ ਲੈਣੀ ਜੀ ਇਸ ਉੱਤੇ, ਬਾਕੀ ਬਸ ਹਿੱਸੇ ਨੂੰ ਅਸੀਂ ਅੰਦਰ ਕਰ ਦਿੰਦੇ ਉਹ ਤੋਂ ਬਾਅਦ 'ਚ। ਹੁਣ ਅਸੀਂ ਉੱਪਰਲੇ ਹਿੱਸੇ ਨੂੰ ਕੰਪਲੀਟ ਕਰੀਏ ਦਸਤਾਰ ਦੇ,
ਪਿਛਲੀ ਸਿਲਕਲ ਤਾਂ ਖੋਲ ਲਾਂਗੇ ਆਪਾਂ, ਫਿਰ ਇਸੇ ਸਿਲ ਖੋਲ ਲਾਂਗੇ ਇਸ ਤਰ੍ਹਾਂ। ਹੁਣ ਜਿਹੜਾ ਪਾਸਾ ਜਿਸ ਸਾਈਡ 'ਤੇ ਜਾ ਰਿਹਾ ਉਹਨੂੰ ਉਸ ਸਾਈਡ 'ਤੇ ਲਗਾ ਲੈਣਾ ਆਪਾਂ, ਇਸ ਤਰ੍ਹਾਂ ਖੋਲ ਕੇ ਰੱਖ ਲੈਣਾ ਚੰਗੀ ਤਰ੍ਹਾਂ ਇਸ ਜਗ੍ਹਾ ਤੋਂ, ਅਤੇ ਪਿਛਲੇ ਹਿੱਸੇ ਨੂੰ ਇਸ ਤਰ੍ਹਾਂ ਖਿੱਚ ਲੈਣਾ, ਠੀਕ ਹੈ ਜੀ। ਖਿੱਚ ਕੇ ਹੁਣ ਇਸ ਉਂਗਲ ਦੀ ਮਦਦ ਨਾਲ ਤਾਂ ਇਸ ਹਿੱਸੇ ਨੂੰ ਚੱਕ ਕੇ ਅੰਦਰ ਇਸ ਪੇਜ ਨੂੰ ਲਗਾ ਲੈਣਾ ਪਿੱਛੇ ਤੱਕ। ਹੁਣ ਇਸ ਹਿੱਸੇ ਤੋਂ ਇਸ ਉਂਗਲ ਨਾਲ ਪੇਜ ਨੂੰ ਚੱਕ ਕੇ ਇਹਨੂੰ ਅੰਦਰ ਲਗਾ ਲੈਣਾ, ਅਤੇ ਇਸ ਹਿੱਸੇ ਨੂੰ ਇਸ ਤਰ੍ਹਾਂ ਖਿੱਚ ਦੇਣਾ ਪਿੱਛੇ ਨੂੰ, ਪਿੱਛੇ ਵਾਲੀ ਲੂਪੀ ਨੂੰ ਆਪਾਂ ਖਿੱਚ ਦੇਣਾ ਦੋਨੋਂ ਸਾਈਡ ਤੋਂ। ਹੁਣ ਸਿਲਾਈ ਦੀ ਮਦਦ ਨਾਲ ਆਪਾਂ ਪਹਿਲੇ ਤਾਂ ਸਾਰੇ ਹਿੱਸੇ ਨੂੰ ਅੰਦਰ ਕਰਾਂਗੇ ਦਸਤਾਰ ਦੀ, ਉੱਪਰੋਂ ਵੀ ਸਾਰੇ ਪਿੱਛੇ ਨੂੰ ਇੱਕ ਵਾਰੀ ਹੋਰ ਸਿਲਾਈ ਫੇਰ ਦਾਂਗੇ ਤਾਂ ਜੋ ਬਰਾਬਰ ਹੋ ਜਾਣ। ਕਈ ਵਾਰ ਇਹ ਹੁੰਦਾ ਕਿ ਜਦੋਂ ਆਪਾਂ ਉੱਪਰਲਾ ਹਿੱਸਾ ਕੰਪਲੀਟ ਕਰਦੇ ਹੁੰਦੇ ਨਾ ਦਸਤਾਰ ਦਾ, ਤਾਂ ਪੇਜ ਕਈ ਵਾਰ ਉੱਪਰ ਨੀਚੇ ਹੋ ਜਾਂਦੇ। ਦੂਜਾ ਸ਼ੀਸ਼ੇ ਨਾਲ ਦੇਖ ਸਕਦੇ ਆਪਾਂ, ਇਸ ਸਾਈਡ ਤੋਂ ਵੀ ਪੇਜ ਨੂੰ ਪਿੱਛੇ ਤੱਕ ਖੋਲ ਲੈਣਾ ਆਪਾਂ, ਪਿੱਛੇ ਤੱਕ ਸੈੱਟ ਕਰ ਲੈਣਾ, ਠੀਕ ਹੈ ਜੀ। ਆਪਣੀ ਦਸਤਾਰ ਲਗਭਗ ਕੰਪਲੀਟ ਹੋ ਗਈ ਹੋਈ ਹੈ, ਹੁਣ ਆਪਾਂ ਬਸ ਪਿੱਛੇ ਦਾ ਹਿੱਸਾ ਕੰਪਲੀਟ ਕਰਨਾ ਦਸਤਾਰ ਦਾ। ਪਿਛਲੇ ਜਿਹੜੀ ਹਿੱਸੇ ਦੀ ਲੁੱਪੀ ਆ ਉਹਨੂੰ ਆਪਾਂ ਇਸ ਤਰ੍ਹਾਂ ਲਗਾ ਦੇਣਾ, ਇਹ ਸਾਰੀ ਹਿੱਸੇ ਨੂੰ ਇਸ ਤਰ੍ਹਾਂ ਅੰਦਰ ਕਰ ਦੇਣਾ, ਅਤੇ ਇੱਧਰ ਵਾਲੇ ਨੂੰ ਇਸ ਤਰ੍ਹਾਂ, ਇਹ ਜ਼ਿਆਦਾ ਚੋੜੀ ਨਾ ਹੋਵੇ ਆਪਣੀ ਲੁੱਪੀ ਜਿਹੜੀ ਹੈ ਪਿਛਲੀ, ਇਹਨੂੰ ਨੀਚੇ ਪਕੜ ਕੇ ਖਿੱਚ ਕੇ ਲਗਾਉਣਾ ਹੈ ਤਾਂ ਕਿ ਲੜਕਾ ਦੀ ਢਿੱਲਾ ਨਹੀਂ ਹੋ ਗਿਆ ਇਸ ਤਰ੍ਹਾਂ। ਅਤੇ ਇਸ ਹਿੱਸੇ ਨੂੰ ਵੀ ਇਸ ਤਰ੍ਹਾਂ ਖਿੱਚ ਕੇ ਲਗਾਉਣਾ, ਦੋਵੇਂ ਹਿੱਸੇ ਨੂੰ ਪਕੜ ਕੇ ਇਸਦੇ ਲਿਆ ਕੇ ਇਸ ਤਰ੍ਹਾਂ ਅੰਦਰ ਲਗਾ ਦੇਣਾ, ਠੀਕ ਹੈ ਜੀ। ਦਸਤਾਰ ਲਗਭਗ ਕੰਪਲੀਟ ਹੈ, ਜਿਹੜੇ ਥੋੜ੍ਹੇ ਮੋਟੇ ਵੱਟ ਦੇ ਵੀ ਰਹਿੰਦੇ ਹੁੰਦੇ ਸਾਡੀ ਦਸਤਾਰ 'ਚ, ਆਪਾਂ ਬਾਅਦ 'ਚ ਵੀ ਸੈੱਟ ਕਰ ਸਕਦੇ ਹਾਂ, ਠੀਕ ਹੈ ਜੀ। ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਹੁਣ ਡੇਲੀ ਰੂਟੀਨ ਦੇ ਵਿੱਚ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਹਾਂਗੇ, ਮੇਰੇ ਜਿਹੜੇ ਵੀ ਵੇਟ ਕਰਦੇ ਸੀ ਹੁਣ ਉਹਨਾਂ ਨੂੰ ਵੇਟ ਕਰਨ ਦੀ ਕੋਈ ਲੋੜ ਨਹੀਂ ਪਿਆ ਕਰੇਗੀ। ਹੁਣ ਲਗਭਗ ਮੈਂ ਸਾਰੀਆਂ ਦਸਤਾਰਾਂ ਦੀ ਵੀਡੀਓ ਪੋਸਟ ਕਰਿਆ ਕਰਾਂਗਾ, ਠੀਕ ਹੈ ਜੀ। ਧੰਨਵਾਦ ਇਸ ਸਾਰੀ ਵੀਡੀਓ ਨੂੰ ਦੇਖਣ ਲਈ, ਅਤੇ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਹੀ ਰਹੀ ਹੋ। ਵੈਸੇ ਤਾਂ ਮੈਂ ਫੇਸਬੁੱਕ ਪੇਜ 'ਤੇ ਵੀ ਪਾਈਆਂ ਹੋਈਆਂ ਆਪਣੀਆਂ ਸਾਰੀਆਂ ਵੀਡੀਓ, ਜਿਹੜੀਆਂ ਵੀ ਮੈਂ ਯੂਟਿਊਬ 'ਤੇ ਪੋਸਟ ਕਰਦਾ ਹਾਂ ਫੇਸਬੁੱਕ 'ਤੇ ਵੀ ਪਾਉਂਦਾ ਹੁੰਦਾ ਨਾਲ ਮੈਂ, ਤੁਸੀਂ ਉੱਥੇ ਵੀ ਦੇਖ ਸਕਦੇ ਹੋ ਅਤੇ ਯੂਟਿਊਬ 'ਤੇ ਵੀ ਦੇਖ ਸਕਦੇ ਹੋ। ਓਕੇ ਜੀ, ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ, ਅਤੇ ਦਿਓ ਇਜਾਜ਼ਤ, ਅਗਲੀ ਵਾਰ ਤੁਹਾਡੇ ਲਈ ਨਵਾਂ ਟਿਊਟੋਰੀਅਲ ਲੈ ਕੇ ਆਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।